ਮੁੰਡਾ ਕੰਮ ਕਰਦਾ ਮੇਰੇ ਕੋਲ, ਅਤੇ ਮੈਂ ਉਹਨਾਂ ਦੇ ਸਕੂਲ ਆਇਆ ਅਤੇ ਮੇਰੇ ਆਉਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਅਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ। ਆ ਕੇ ਵੇਖੋ ਵੇਖਿਆ ਸ਼ੀਸ਼ਾ ਟੁੱਟਾ ਮੇਰਾ, ਅਤੇ ਫਿਰ ਦੂਸਰੀ ਗੱਲ ਬਲੈਟ ਨਾਲ ਗੱਡੀ ਭਰੀ ਹੈ ਫੋਨ ਨਾਲ। ਬਟਾਲਾ ਦੇ ਸਿਟੀ ਰੋਡ ਹੰਸਲੀ ਪੁਲ ਦੇ ਨਜ਼ਦੀਕ ਚਿੱਟੇ ਦਿਨ ਖੜ੍ਹੀ ਗੱਡੀ ਦੇ ਇੱਟਾਂ ਨਾਲ ਸ਼ੀਸ਼ੇ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰ ਲੈ ਜਾਣ ਦੀ ਖਬਰ ਸਾਹਮਣੇ ਆਈ ਹੈ। ਪੀੜਿਤ ਗੱਡੀ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹ 10 ਮਿੰਟ ਲਈ ਗੱਡੀ ਖੜ੍ਹੀ ਕਰਕੇ ਕਿਸੇ ਕੰਮ ਲਈ ਗਏ ਸੀ ਤਾਂ ਪਿੱਛੋਂ ਕੋਈ ਚੋਰ ਗੱਡੀ ਦੇ ਸ਼ੀਸ਼ੇ ਇੱਟ ਨਾਲ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਗੱਡੀ ਵਿੱਚ ਖੂਨ ਵੀ ਡੁੱਲਿਆ ਹੋਇਆ, ਜਿਸ ਤੋਂ ਲੱਗਦਾ ਕਿ ਸ਼ੀਸ਼ਾ ਤੋੜਨ ਸਮੇਂ ਜਾਂ ਫਿਰ ਮੋਬਾਈਲ ਕੱਢਣ ਸਮੇਂ ਚੋਰ ਦਾ ਹੱਥ ਸ਼ੀਸ਼ਾ ਲੱਗਣ ਕਾਰਨ ਜ਼ਖਮੀ ਹੋ ਗਿਆ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕੱਸਣੀ ਚਾਹੀਦੀ ਹੈ। ਜਗਦੀਪ ਸਿੰਘ, ਕੀ ਘਟਨਾ? ਕੁਛ ਨਹੀਂ, ਮੈਂ ਆਇਆ ਸਕੂਲ, ਮੁੰਡਾ ਕੰਮ ਕਰਦਾ ਮੇਰੇ ਕੋਲ, ਅਤੇ ਮੈਂ ਉਹਨਾਂ ਦੇ ਸਕੂਲ ਆਇਆ ਅਤੇ ਮੇਰੇ ਆਉਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਅਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ। ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ ਟੀ ਐੱਮ ਕਾਰਡ ਅਤੇ ਇੱਕ ਕ੍ਰੈਡਿਟ ਕਾਰਡ ਸੀ। ਕਿੰਨੇ ਦਿਨ ਹੋ ਗਏ ਤੁਹਾਨੂੰ ਅੰਦਰ ਗਏ? ਵੱਧ ਤੋਂ ਵੱਧ 10 ਮਿੰਟ। ਆ ਕੇ ਵੇਖੋ ਵੇਖਿਆ ਸ਼ੀਸ਼ਾ ਟੁੱਟਾ ਮੇਰਾ, ਅਤੇ ਫਿਰ ਦੂਸਰੀ ਗੱਲ ਬਲੈਟ ਨਾਲ ਗੱਡੀ ਭਰੀ ਹੈ ਫੋਨ ਨਾਲ, ਅਤੇ ਆਣ ਕੇ ਫਿਰ ਫੋਨ ਕੀਤਾ। ਇਹ ਅੰਦਰਲਾ ਹਸਮੀ ਦਾ ਪੁੱਲ। ਹਾਂਜੀ, ਨਹੀਂ ਅਜੇ ਕੀਤੀ ਨਹੀਂ ਆ, ਅਜੇ ਕਰਨਾ ਹੀ ਆ। ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਿਹੜਾ ਇਹਦੇ ਨਾਲ ਘਟਨਾ ਹੁੰਦੀ ਆ, ਅੱਜ ਮੇਰੇ ਨਾਲ ਹੋਈ ਆ, ਕੱਲ੍ਹ ਹੋਰ ਕਿਸੇ ਨਾਲ ਨਾ ਹੋਵੇ। ਅਤੇ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਅਤੇ ਪਿੱਛੋਂ ਤੱਕ ਵੀ ਝਾਕੀ ਮਾਰਨ। ਕਿਹਾ ਸੀ ਟ੍ਰੈਫਿਕ ਵਾਲਿਆਂ ਨੇ, ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ, ਟ੍ਰੈਫਿਕ ਜਾਮ ਕਰਨ ਵਾਸਤੇ। ਮੇਰਾ 20-25 ਹਜ਼ਾਰ ਦਾ ਨੁਕਸਾਨ ਆ। ਇੱਟ ਨਾ, ਉਹਦੇ ਬਲੈਟ ਜਦੋਂ ਸ਼ੀਸ਼ਾ ਕੱਢਣ ਲੱਗਾ, ਫੋਨ ਕੱਢਣ ਲੱਗਾ ਕਿਤੇ, ਉਦੋਂ ਕੱਚ ਵੱਜ ਗਿਆ ਕਿਤੇ ਉਹਦੇ। ਮੁੰਡਾ ਕੰਮ ਕਰਦਾ ਮੇਰੇ ਕੋਲ, ਅਤੇ ਮੈਂ ਉਹਨਾਂ ਦੇ ਸਕੂਲ ਆਇਆ ਅਤੇ ਮੇਰੇ ਆਉਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਅਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ। ਆ ਕੇ ਵੇਖੋ ਵੇਖਿਆ ਸ਼ੀਸ਼ਾ ਟੁੱਟਾ ਮੇਰਾ, ਅਤੇ ਫਿਰ ਦੂਸਰੀ ਗੱਲ ਬਲੈਟ ਨਾਲ ਗੱਡੀ ਭਰੀ ਹੈ ਫੋਨ ਨਾਲ। ਬਟਾਲਾ ਦੇ ਸਿਟੀ ਰੋਡ ਹੰਸਲੀ ਪੁਲ ਦੇ ਨਜ਼ਦੀਕ ਚਿੱਟੇ ਦਿਨ ਖੜ੍ਹੀ ਗੱਡੀ ਦੇ ਇੱਟਾਂ ਨਾਲ ਸ਼ੀਸ਼ੇ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰ ਲੈ ਜਾਣ ਦੀ ਖਬਰ ਸਾਹਮਣੇ ਆਈ ਹੈ। ਪੀੜਿਤ ਗੱਡੀ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹ 10 ਮਿੰਟ ਲਈ ਗੱਡੀ ਖੜ੍ਹੀ ਕਰਕੇ ਕਿਸੇ ਕੰਮ ਲਈ ਗਏ ਸੀ ਤਾਂ ਪਿੱਛੋਂ ਕੋਈ ਚੋਰ ਗੱਡੀ ਦੇ ਸ਼ੀਸ਼ੇ ਇੱਟ ਨਾਲ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਗੱਡੀ ਵਿੱਚ ਖੂਨ ਵੀ ਡੁੱਲਿਆ ਹੋਇਆ, ਜਿਸ ਤੋਂ ਲੱਗਦਾ ਕਿ ਸ਼ੀਸ਼ਾ ਤੋੜਨ ਸਮੇਂ ਜਾਂ ਫਿਰ ਮੋਬਾਈਲ ਕੱਢਣ ਸਮੇਂ ਚੋਰ ਦਾ ਹੱਥ ਸ਼ੀਸ਼ਾ ਲੱਗਣ ਕਾਰਨ ਜ਼ਖਮੀ ਹੋ ਗਿਆ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕੱਸਣੀ ਚਾਹੀਦੀ ਹੈ। ਜਗਦੀਪ ਸਿੰਘ, ਕੀ ਘਟਨਾ? ਘਟਨਾ ਕੁਛ ਨਹੀਂ, ਮੈਂ ਆਇਆ ਸਕੂਲ, ਮੁੰਡਾ ਕੰਮ ਕਰਦਾ ਮੇਰੇ ਕੋਲ, ਅਤੇ ਮੈਂ ਉਹਨਾਂ ਦੇ ਸਕੂਲ ਆਇਆ ਅਤੇ ਮੇਰੇ ਆਉਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਅਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ। ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ ਟੀ ਐੱਮ ਕਾਰਡ ਅਤੇ ਇੱਕ ਕ੍ਰੈਡਿਟ ਕਾਰਡ ਸੀ। ਕਿੰਨੇ ਦਿਨ ਹੋ ਗਏ ਤੁਹਾਨੂੰ ਅੰਦਰ ਗਏ? ਵੱਧ ਤੋਂ ਵੱਧ 10 ਮਿੰਟ। ਆ ਕੇ ਵੇਖੋ ਵੇਖਿਆ ਸ਼ੀਸ਼ਾ ਟੁੱਟਾ ਮੇਰਾ, ਅਤੇ ਫਿਰ ਦੂਸਰੀ ਗੱਲ ਬਲੈਟ ਨਾਲ ਗੱਡੀ ਭਰੀ ਹੈ ਫੋਨ ਨਾਲ, ਅਤੇ ਆਣ ਕੇ ਫਿਰ ਫੋਨ ਕੀਤਾ। ਇਹ ਅੰਦਰਲਾ ਹਸਮੀ ਦਾ ਪੁੱਲ। ਹਾਂਜੀ, ਨਹੀਂ ਅਜੇ ਕੀਤੀ ਨਹੀਂ ਆ, ਅਜੇ ਕਰਨਾ ਹੀ ਆ।
ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਿਹੜਾ ਇਹਦੇ ਨਾਲ ਘਟਨਾ ਹੁੰਦੀ ਆ, ਅੱਜ ਮੇਰੇ ਨਾਲ ਹੋਈ ਆ, ਕੱਲ੍ਹ ਹੋਰ ਕਿਸੇ ਨਾਲ ਨਾ ਹੋਵੇ। ਕਿ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਅਤੇ ਪਿੱਛੋਂ ਤੱਕ ਵੀ ਝਾਕੀ ਮਾਰਨ। ਕਿਹਾ ਸੀ ਟ੍ਰੈਫਿਕ ਵਾਲਿਆਂ ਨੇ, ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ, ਟ੍ਰੈਫਿਕ ਜਾਮ ਕਰਨ ਵਾਸਤੇ। ਮੇਰਾ 20-25 ਹਜ਼ਾਰ ਦਾ ਨੁਕਸਾਨ ਆ। ਇੱਟ ਨਾ ਉਹਦੇ ਬਲੈਡ ਜਦੋਂ ਸ਼ੀਸ਼ਾ ਕੱਢਣ ਲੱਗਾ, ਫੋਨ ਕੱਢਣ ਲੱਗਾ ਕਿਤੇ, ਉਦੋਂ ਕੱਚ ਵੱਜ ਗਿਆ ਕਿਤੇ ਉਹਦੇ।